ਤੇਜ਼ਾਬੀ ਟੋਟੇ। ਮੈਂ ਇਮਰਾਨ ਨੂੰ 2 ਲੋਲੀਪੋਪ ਲੈ ਕੇ ਦਿਆਂਗਾ ਜੇ ਉਹ ਹਟ ਜਾਏ। ਇੰਨੀ ਵੱਡੀ ਆਫਰ ਇਸ ਲਈ ਦੇ ਰਿਹਾ ਕਿਉਂਕਿ ਮੈਨੂੰ ਅੱਲਾ ਦਾ ਖੌਫ ਆ। ਜੇ ਨਹੀਂ ਦਿਲ ਕਰਦਾ ਮਿੱਠਾ ਮੁੱਠਾ ਖਾਣ ਨੂੰ ਤੇ ਕੋਈ ਨਹੀਂ, ਆਲੂਆਂ ਵਾਲੀਆਂ ਟਿੱਕੀਆਂ ਲੈ ਦਿੰਦੇ ਆ। ਤੇ ਜੇ ਉਹਦਾ ਜ਼ਿਹਨ ਆ ਕਿ ਮੈਂ ਆਪਣੀ ਵਜ਼ੀਰ ਆਜ਼ਮ ਵਾਲੀ ਕੁਰਸੀ ਦੇ ਦਿਆਂ, ਫਿਰ ਮੈਨੂੰ ਲੱਗਦਾ ਉਹ ਕੋਈ ਨਸ਼ਾ ਨੁਸ਼ਾ ਕਰਦਾ। ਇਮਰਾਨ ਤੇ ਹੈ ਹੀ ਇਕੱਲਾ, ਵਜ਼ੀਰ ਆਜ਼ਮ ਦੀ ਕੁਰਸੀ ਤੇ ਉਹਨੂੰ ਬਹਿਣਾ ਚਾਹੀਦਾ ਜਿਹਦਾ ਢੇਰ ਸਾਰਾ ਟੱਬਰ ਹੋਵੇ, ਕਿਉਂਕਿ ਪੂਰੇ ਖਾਨਦਾਨ ਦੀ ਕਫਾਲਤ ਦਾ ਜ਼ਿੰਮਾ ਹੁੰਦਾ। ਜਿੰਨਾ ਵੱਡਾ ਖਾਨਦਾਨ ਹੋਏਗਾ ਮੁਲਕ ਦੀ ਖਿਦਮਤ ਵਾਸਤੇ ਓਨੇ ਵਜ਼ੀਰ ਆਜ਼ਮ ਨਿਕਲਣਗੇ। ਇਹ ਇੱਕ ਬਹੁਤ ਵੱਡਾ ਨਿਜ਼ਾਮ ਆ, ਟੂਟੀਆਂ ਕੱਸਣ ਵਾਲਾ ਕੰਮ ਨਹੀਂ। ਚਲੋ ਬਈ ਨਾਰੇ ਲਾਓ, ਕਹੋ ਮੀਆਂ ਦੀ ਗੁੱਡੀ ਲੁੱਟੀ ਗਈ, ਲੁੱਟੀ ਗਈ, ਮੀਆਂ ਦੀ ਘੰਟੀ ਖੜਕ ਗਈ, ਖੜਕ ਗਈ, ਮੀਆਂ ਦੇ ਜਾਨਸਾਰ 1000 ਜਾਂ 2000, ਮੀਆਂ ਸਾਡਾ ਸ਼ੇਰ ਏ ਸਿਰਫ ਗੱਲਾਂ ਦਾ, ਮੀਆਂ ਦੇ ਨਾਰੇ ਬੰਦ ਕਰੋ, ਬੰਦ ਕਰੋ। ਬੜੀ ਮਿਹਰਬਾਨੀ, ਹੌਸਲਾ ਅਫਜ਼ਾਈ ਦੀ, ਤੁਹਾਡੇ ਅੱਗੇ ਗੱਲ ਕਰਨਾ ਫਜ਼ੂਲ ਹੀ ਸਾਬਤ ਹੋਇਆ। ਅਸਲਾਮ ਵਾਲੇ ਕਰ।